ਜਿਹੜੇ ਵਿਦਿਆਰਥੀ ਪੇਪਰ ਦੇ ਰਹੇ ਨੇ ਐਡੀਸ਼ਨਲ ਹੈ ਜਾਂ ਪਿਛਲੇ ਕੋਈ ਰੀਅਪੀਅਰ ਦਾ ਪੇਪਰ ਹੈ, ਬੀਐਡ ਦੇ ਪੇਪਰ ਦੇ ਰਹੇ ਨੇ ਔਰ ਡੇਟ ਸ਼ੀਟ ਦੇਖਦੇ ਨੇ ਅਤੇ ਟੈਨਸ਼ਨ ਹੁੰਦੀ ਹੈ, ਕਲੈਸ਼ ਹੋ ਜਾਂਦਾ ਹੈ, ਸੇਮ ਡੇ ਸੇਮ ਵਕਤ ਦੇ ਪੇਪਰ ਆ ਜਾਂਦਾ ਹੈ, ਉਹਨਾਂ ਲਈ ਹਰ ਯੂਨੀਵਰਸਿਟੀ ਆਪਣੇ ਤੌਰ 'ਤੇ ਕੰਮ ਕਰ ਰਹੀ ਹੈ, ਪਰ ਤੁਹਾਨੂੰ ਅਵੇਅਰ ਹੋਣਾ ਪਏਗਾ, ਐਕਸ਼ਨ ਲੈਣਾ ਪਏਗਾ, ਤੁਹਾਨੂੰ ਪਰਸਨਲੀ ਜਾ ਕੇ ਐਪਲੀਕੇਸ਼ਨ ਦੇਣੀ ਪਏਗੀ। ਮੈਂ ਪਿਛਲੇ ਵੀਡੀਓ 'ਚ ਦੱਸ ਚੁੱਕਾ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਰਿਗਾਰਡਿੰਗ ਨੋਟਿਸ ਦਿੱਤਾ ਹੈ, ਜਿਹੜਾ 2 ਮਈ 2024 ਦਾ ਹੈ, ਕਿ ਪੇਪਰ ਕਲੈਸ਼ ਕਰੇ ਵਿਦਿਆਰਥੀਆਂ ਲਈ ਜ਼ਰੂਰੀ ਸੂਚਨਾ ਹੈ। ਜਿਹਨਾਂ ਵਿਦਿਆਰਥੀਆਂ ਨੇ ਉਹ ਐਪਲੀਕੇਸ਼ਨ ਦਿੱਤੀ ਹੈ ਕਿ ਸਾਡਾ ਪੇਪਰ ਇਹ ਡੇਟ ਸ਼ੀਟ ਹੈ ਅਤੇ ਇਹ ਸੇਮ ਡੇਟ ਸੇਮ ਟਾਈਮ 'ਤੇ ਆ ਗਿਆ ਹੈ, ਉਹਨਾਂ ਦੇ ਅੰਡਰ ਗ੍ਰੈਜੂਏਟ ਕੋਰਸਾਂ ਦੀਆਂ ਰੀਅਪੀਅਰ ਪ੍ਰੀਖਿਆਵਾਂ, ਉਹਨਾਂ ਦੀਆਂ ਰੈਗੂਲਰ ਅੰਡਰ ਗ੍ਰੈਜੂਏਟ ਕੋਰਸਾਂ ਅਤੇ ਰੈਗੂਲਰ ਪੋਸਟ ਗ੍ਰੈਜੂਏਟ ਕੋਰਸਾਂ ਦੀਆਂ ਪ੍ਰੀਖਿਆਵਾਂ ਨਾਲ ਕਰੈਸ਼ ਕਰ ਰਹੇ ਨੇ। ਫੋਰ ਐਗਜ਼ਾਮਪਲ, ਪਿਛਲੀ ਕੋਈ ਤੁਸੀਂ ਰੀਪੀਅਰ ਦੇ ਰਹੇ ਹੋ ਔਰ ਨਵਾਂ ਕੋਰਸ ਨਾਲ ਰੈਗੂਲਰ ਕਰ ਰਹੇ ਹੋ, ਅਤੇ ਪਿਛਲੀ ਰੀਪੀਅਰ ਅਤੇ ਨਵੇਂ ਕੋਰਸ ਦੀ ਕਲੈਸ਼ ਹੋ ਗਈ ਹੈ, ਉਸ ਦੇ ਰਿਗਾਰਡਿੰਗ ਇਹ ਗੱਲ ਕੀਤੀ ਗਈ ਹੈ ਕਿ ਇਸ ਲਈ ਉਹ ਇੱਕੋ ਸਮੇਂ ਦੋਵੇਂ ਪ੍ਰੀਖਿਆਵਾਂ ਅਪੀਅਰ ਨਹੀਂ ਹੋ ਸਕਦੇ। ਅਜਿਹੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਰੀਅਪੀਅਰ ਵਿਸ਼ੇ ਦੀਆਂ ਪ੍ਰੀਖਿਆਵਾਂ ਘੋਸ਼ਿਤ ਡੇਟ ਸ਼ੀਟ ਦੇ ਅਨੁਸਾਰ ਹੀ ਦੇਣ। ਸਮਝਣ ਵਾਲੀ ਗੱਲ ਕੀ ਹੈ ਇੱਥੇ, ਕਿ ਰੀਅਪੀਅਰ ਦਾ ਪੇਪਰ ਨਹੀਂ ਛੱਡਣਾ, ਰੀਅਪੀਅਰ ਨੂੰ ਪ੍ਰੈਫਰ ਕਰਨਾ ਹੈ, ਉਹਨਾਂ ਦੀ ਰੈਗੂਲਰ ਸਮੈਸਟਰ ਦੀਆਂ ਖੁੰਝੀਆਂ ਪ੍ਰੀਖਿਆਵਾਂ, ਜਿਹੜੀ ਉਹ ਪ੍ਰੀਖਿਆ ਨਹੀਂ ਦੇ ਸਕੇ, ਰੈਗੂਲਰ ਚੱਲ ਰਹੀ ਆ, ਬੀ ਏ ਹੈ, ਬੀ ਏ ਬੀ ਐੱਡ ਹੈ, ਕੋਈ ਵੀ ਹੈ, ਐੱਮ ਏ ਐੱਮ ਐੱਸ ਸੀ ਹੈ, ਬਾਅਦ ਵਿੱਚ ਵਿਸ਼ੇਸ਼ ਤੌਰ 'ਤੇ ਕੰਡਕਟ ਕਰਵਾ ਲਈਆਂ ਜਾਣਗੀਆਂ। ਸੋ ਇਸ ਦੇ ਫਿਕਰ ਨਹੀਂ ਕਰਨਾ, ਉਹ ਲਗਭਗ 1 ਮਹੀਨੇ ਦੇ ਵਿੱਚ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਇਸੇ ਤਰ੍ਹਾਂ ਕਰਦੀ ਹੈ। ਇਸ ਤੋਂ ਇਲਾਵਾ ਬੀ ਕੌਮ ਕੋਰਸ ਦੇ ਕੁਝ ਵਿਦਿਆਰਥੀਆਂ ਪਾਸੋਂ ਵੀ ਬੇਨਤੀਆਂ ਹੋਈਆਂ ਆਈਆਂ ਹਨ ਕਿ ਉਹਨਾਂ ਵਿੱਚ ਬੀ ਕੌਮ ਪ੍ਰੀਖਿਆ ਦੇ ਪਰਚੇ ਸੀ ਏ ਦੀਆਂ ਪ੍ਰੀਖਿਆ ਨਾਲ ਕਲੈਸ਼ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਅਜਿਹੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਸੀ ਏ ਦੀ ਪ੍ਰੀਖਿਆ ਨਾਲ ਕਲੈਸ਼ ਹੋਣ ਵਾਲੇ ਪਰਚੇ ਬਾਅਦ ਵਿਸ਼ੇਸ਼ ਤੌਰ 'ਤੇ ਕੰਡਕਟ ਕਰ ਲਏ ਜਾਣਗੇ। ਸੋ ਇਹ ਬੀ ਕੌਮ ਅਤੇ ਸੀ ਏ ਦੇ ਕਲੈਸ਼ ਜਿਹੜੇ ਨੇ, ਕੁਝ ਵਿਦਿਆਰਥੀਆਂ ਪਾਸੋਂ ਬੇਨਤੀ ਪ੍ਰਾਪਤ ਹੋਈ, ਜਿਨ੍ਹਾਂ ਦੇ ਲਿਖਿਆ ਗਿਆ ਹੈ ਕਿ ਉਹਨਾਂ ਨੇ ਕਿਸੇ ਇੱਕ ਕੋਰਸ ਦੀ ਰੀਪੀਅਰ ਜਾਂ ਕਈ ਪਰਚੇ ਉਹਨਾਂ ਦੇ ਦੂਸਰੇ ਕੋਰਸ ਦੀਆਂ ਪ੍ਰੀਖਿਆਵਾਂ ਨਾਲ ਕਲੈਸ਼ ਕਰ ਰਹੇ ਨੇ। ਅਜਿਹੇ ਵਿਦਿਆਰਥੀਆਂ ਲਈ ਉਹ ਉਹਨਾਂ ਦੇ ਖੁੰਝੇ ਪਰਚਿਆਂ ਨੂੰ ਵਿਸ਼ੇਸ਼ ਪ੍ਰੀਖਿਆ ਯੂਨੀਵਰਸਿਟੀ ਦੇ ਅਨੁਸਾਰ, ਨਿਯਮਾਂ ਅਨੁਸਾਰ ਲੈ ਲਈਆਂ ਜਾਣਗੀਆਂ। ਸੋ ਮੇਰੇ ਖਿਆਲ ਇਹ ਦੱਸਿਆ ਜਾ ਰਿਹਾ ਹੈ ਯੂਨੀਵਰਸਿਟੀ ਵੱਲੋਂ ਕਿ ਪਿਛਲੇ ਤਾਂ ਰੀਅਪੀਅਰ ਨੂੰ ਜ਼ਿਆਦਾ ਫੋਕਸ ਕੀਤਾ ਜਾਵੇ, ਉੱਧਰ ਸੀ ਏ ਦੇ ਐਗਜ਼ਾਮ ਨੂੰ ਜ਼ਿਆਦਾ ਫੋਕਸ ਕੀਤਾ ਜਾਵੇ, ਬਾਕੀ ਯੂਨੀਵਰਸਿਟੀ ਤੁਹਾਡੀ ਹੈਲਪ ਕਰੇਗੀ। ਕੁਝ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੇ ਬੀ ਐੱਡ ਕੋਰਸ ਦੇ ਪਰਚੇ ਉਹਨਾਂ ਦੇ ਬੀ ਏ ਅਡੀਸ਼ਨਲ ਵਿਸ਼ਿਆਂ ਦੇ ਪਰਚਿਆਂ ਨਾਲ ਕਲੈਸ਼ ਕਰ ਰਹੇ ਹਨ। ਅਜਿਹੇ ਵਿਦਿਆਰਥੀਆਂ ਲਈ ਉਹਨਾਂ ਦੇ ਅਡੀਸ਼ਨਲ ਵਿਸ਼ਿਆਂ ਦੀ ਵਿਸ਼ੇਸ਼ ਪ੍ਰੀਖਿਆ ਬਾਅਦ ਵਿੱਚ ਕਰਵਾਈ ਜਾਏਗੀ। ਇਸ ਨੂੰ ਧਿਆਨ ਨਾਲ ਪੜ੍ਹ ਲਓ, ਇਸ ਦਾ ਮਤਲਬ ਹੈ ਕਿ ਅਡੀਸ਼ਨਲ ਇੱਥੇ ਤੁਸੀਂ ਛੱਡ ਸਕਦੇ ਹੋ। ਦੁਬਾਰਾ ਪੜ੍ਹ ਲਓ, ਇੱਕ ਵਾਰੀ ਕਲੀਅਰ ਕਰ ਲਓ, ਬੀ ਏ ਦੇ ਅਡੀਸ਼ਨਲ ਵਿਸ਼ਿਆਂ ਦੇ ਪਰਚਿਆਂ ਨਾਲ ਕਲੈਸ਼ ਕਰ ਰਹੇ ਆ ਅਜੇ ਵਿਦਿਆਰਥੀਆਂ ਲਈ, ਉਹਨਾਂ ਦੇ ਅਡੀਸ਼ਨਲ ਵਿਸ਼ਿਆਂ ਦੀ ਵਿਸ਼ੇਸ਼ ਪ੍ਰੀਖਿਆ ਬਾਅਦ ਵਿੱਚ ਕਰਵਾਈ ਜਾਏਗੀ। ਸੋ ਬੀ ਐੱਡ ਇਹਦਾ ਮਤਲਬ ਨਹੀਂ ਛੱਡਣੀ, ਨੋਰਮਲੀ ਪਹਿਲਾਂ ਗਾਈਡ ਕੀਤਾ ਜਾਂਦਾ ਰਿਹਾ ਹੈ ਕਿ ਅਡੀਸ਼ਨਲ ਦੇ ਦਿਓ, ਬੀ ਐੱਡ ਦੇ ਬਾਅਦ 'ਚ ਹੋ ਜਾਣਗੇ, ਲੇਕਿਨ ਇਹ ਉਲਟਾ ਹੋ ਗਿਆ। ਦੈਟ ਇਜ਼ ਵਾਈ ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਚੇਂਜ ਹੈ ਉਹ ਦੇ ਰਹੀ ਹੈ। ਡਿਸਟੈਂਸ ਹੈ, ਐਜੂਕੇਸ਼ਨ ਰਾਹੀਂ ਪੜ੍ਹਾਈ ਕਰ ਰਹੇ ਕੁਝ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਕੋਲ ਲੋਕ ਸਭਾ ਚੋਣਾਂ 2024 ਵਿੱਚ ਡਿਊਟੀ ਲੱਗੀ ਹੋਈ ਹੈ। ਅਜਿਹੇ ਵਿਦਿਆਰਥੀਆਂ ਨੂੰ ਖੁੱਝੇ ਪਰਚਿਆਂ ਦੇ ਵਿਸ਼ੇਸ਼ ਪ੍ਰੀਖਿਆ ਬਾਅਦ ਵਿੱਚ ਕਰਵਾ ਲਏ ਜਾਣਗੇ। ਸੋ ਡਿਸਟੈਂਸ ਐਜੂਕੇਸ਼ਨ ਮਤਲਬ ਉਹ ਕਿਤੇ ਜੋਬ ਕਰ ਰਹੇ ਆ, ਜੋਬ ਦੇ ਵਿੱਚ ਉਹਨਾਂ ਦੀ ਡਿਊਟੀ ਲੱਗ ਗਈ ਹੈ ਅਤੇ ਡਿਊਟੀ ਕਰਕੇ ਵੀ ਉਹਨਾਂ ਦੀ, ਸੋ ਯੂਨੀਵਰਸਿਟੀ ਬੜਾ ਅੱਛਾ ਕੰਮ ਕਰ ਰਹੀ ਹੈ, ਇਸ ਲਈ ਉਹਨਾਂ ਨੂੰ ਚੋਣ ਡਿਊਟੀ ਲੱਗਣ ਅਤੇ ਨਿਭਾਉਣ ਸੰਬੰਧੀ ਸਬੂਤ ਪੇਸ਼ ਕਰਨਾ ਹੋਏਗਾ, ਆਪਣੀ ਡਿਊਟੀ ਦਾ
ਸਬੂਤ ਪੇਸ਼ ਕਰਨਾ ਹੋਏਗਾ। ਉਪਰੋਕਤ ਕਾਰਨਾਂ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਦੀ ਪ੍ਰੀਖਿਆ ਉਸਦੇ ਨਿੱਜੀ ਕਾਰਨ ਕਰਕੇ ਖੁੰਝ ਜਾਂਦੀ ਹੈ ਤਾਂ ਉਸ ਦੇ ਵਿੱਚ ਵਿਸ਼ੇਸ਼ ਪ੍ਰੀਖਿਆ ਕੰਡਕਟ ਨਹੀਂ ਕੀਤੀ ਜਾਵੇਗੀ। ਇੱਥੇ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਵਿਸ਼ੇਸ਼ ਪ੍ਰੀਖਿਆ ਉਹਨਾਂ ਵਿਦਿਆਰਥੀਆਂ ਲਈ ਹੀ ਕਰਵਾਈ ਜਾਏਗੀ ਜਿਨ੍ਹਾਂ ਦੇ ਪਰਚਿਆਂ ਦਾ ਕਲੈਸ਼ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਪਰਚੇ ਦੀ ਪ੍ਰੀਖਿਆ ਦਿੱਤੀ ਹੋਈ ਹੋਵੇ। ਬਹੁਤ ਜ਼ਿਆਦਾ ਜ਼ਰੂਰੀ ਹੈ, ਦੋ ਕਲੈਸ਼ ਤੁਹਾਡੇ ਕੀਤੇ ਹੈ ਔਰ ਤੁਸੀਂ ਦੂਸਰੇ ਵਿੱਚ ਅਪੀਅਰ ਹੋਏ ਹੋ, ਉੱਥੇ ਸਿਗਨੇਚਰ ਹੋਏ ਹਨ, ਉਹਦਾ ਸਬੂਤ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਨੈਚੁਰਲੀ ਉਹ ਯੂਨੀਵਰਸਿਟੀ ਕੋਲ ਹੋਏਗਾ। ਜੇਕਰ ਤੁਸੀਂ ਉਹ ਪ੍ਰੀਖਿਆ ਨਹੀਂ ਦਿੰਦੇ ਤਾਂ ਦੂਸਰੀ ਪ੍ਰੀਖਿਆ ਦੇਣ ਦੇ ਲਈ ਵੀ ਯੋਗ ਜਾਂ ਕਾਬਲ ਨਹੀਂ ਸਮਝੇ ਜਾਓਗੇ ਜਾਂ ਤੁਹਾਨੂੰ ਨਹੀਂ ਦਿੱਤਾ ਜਾਏਗਾ। ਸੋ ਨਿੱਜੀ ਕਾਰਨ ਕਰਕੇ ਤੁਸੀਂ ਛੱਡਦੇ ਹੋ, ਇਸ ਵਿੱਚ ਕੋਈ ਯੂਨੀਵਰਸਿਟੀ ਹੈਲਪ ਨਹੀਂ ਕਰੇਗੀ। ਹਾਂ, ਫਿਰ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਅਜਿਹੇ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ ਕੇਵਲ ਪਟਿਆਲਾ ਵਿਖੇ ਹੋਏਗਾ। ਇਹ ਲਾਸਟ ਹੈ ਕਿ ਜਿਹੜੇ ਵੀ ਕਲੈਸ਼ ਕਰ ਰਹੇ ਵਿਦਿਆਰਥੀ ਹੈ ਉਹ ਫਿਰ ਆਪਣੇ ਸੈਂਟਰ ਨੂੰ ਛੱਡ ਕੇ ਪਟਿਆਲਾ ਉਸ ਦਿਨ ਜਾਣਗੇ। ਠੀਕ ਹੈ, ਮੇਰੇ ਖਿਆਲ ਇੰਨੀ ਕੁਰਬਾਨੀ ਕੀਤੀ ਜਾ ਸਕਦੀ ਹੈ। ਸੋ ਇਸ ਰਿਗਾਰਡਿੰਗ ਜਾਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ। ਮੈਂ ਇਨਕੁਆਇਰੀ 'ਤੇ ਬਹੁਤ ਕੋਪਰੇਟਿਵ ਨੇ, ਵਿਸ਼ਾਲ ਸਰ ਬਹੁਤ ਜ਼ਿਆਦਾ ਕੋਪਰੇਟਿਵ ਨੇ, ਗੇਟ 'ਤੇ ਜਿਹੜਾ ਇਨਕੁਆਇਰੀ ਸੈੱਲ ਹੈ ਸਾਰੀ ਟੀਮ ਬਹੁਤ ਕੋਪਰੇਟਿਵ ਹੈ ਕਿਉਂਕਿ ਮੇਰੀ ਜ਼ਿਆਦਾ ਉਹਨਾਂ ਨਾਲ ਗੱਲ ਹੁੰਦੀ ਹੈ। ਸੋ ਮੈਂ ਥੈਂਕਸ ਕਰਦਾ ਹਾਂ ਕਿ ਉਹ ਵਿਦਿਆਰਥੀਆਂ ਤੱਕ ਸਹੀ ਟਾਈਮ 'ਤੇ ਸੂਚਨਾ ਪਹੁੰਚਾਉਂਦੇ ਹਨ ਔਰ ਵਿਦਿਆਰਥੀ ਵੀ ਉਹਨਾਂ ਦੀ ਸਿਚੁਏਸ਼ਨ ਨੂੰ ਵੀ ਸਮਝਣਾ ਹੈ ਔਰ ਉਹਨਾਂ ਦੀ ਪੋਜੀਸ਼ਨ ਨੂੰ ਵੀ ਸਮਝਣਾ ਹੈ, ਬਿਜ਼ੀਨੈਸ ਨੂੰ ਵੀ ਸਮਝਣਾ ਹੈ, ਉਹਨਾਂ ਦੀ ਰਿਸਪੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈਣੀ ਹੈ ਜਿਹੜੇ ਜਾ ਕੇ ਲੈਂਦੇ ਨੇ। ਥੈਂਕ ਯੂ ਡਾਕਟਰ ਤੀਰਥ ਸਿੰਘ ਲਰਨ ਟੂ ਡਾਕਟਰ ਲੈਕਸ।